ਇਹ ਸਰ ਕੀ ਮਾਮਲਾ ਸੀ ਜਿਹੜੇ ਇੱਥੇ ਮਿੱਠਾ ਬਾਜ਼ਾਰ ਚੱਕ ਲੱਗੀ ਦਾ? ਇਹ ਕਪਲ ਐਮਬਰਾਇਡਰੀ ਵਾਲਿਆਂ ਦੀ, ਜਿਹਨਾਂ ਦੀ ਲੇਡੀ ਸੂਟਾਂ ਦੀ ਦੁਕਾਨ ਆ, ਕਢਾਈ ਕਢੂਈ ਦਾ ਕੰਮ ਕਰਦੇ ਆ। ਤਕਰੀਬਨ 9:45 ਅਸੀਂ ਇੱਧਰ ਮਹਿੰਦਰਾ ਮੱਲਿਆ ਚੱਕਰ ਲਾ ਰਿਹਾ ਸੀ ਇਸੇ ਬੈਕ ਗਲੀ 'ਚ, ਅਤੇ ਅਸੀਂ ਧੂੰਆਂ ਦੇਖਿਆ ਉੱਠਦਾ, ਅਤੇ ਆ ਕੇ ਅਸੀਂ ਜਿੱਦਾਂ ਫਾਇਰ ਬ੍ਰਿਗੇਡ ਨੂੰ ਅਤੇ ਐਮਰਜੈਂਸੀ ਵੀ ਫੋਨ ਕੀਤਾ ਕਿ ਪੁਲਿਸ ਵੀ ਇੱਥੇ ਆ ਜਾਵੇ, ਅਤੇ ਲਾਈਟਾਂ ਲੂਟਾਂ ਆ ਕੇ ਮੈਂ ਬੰਦ ਕਰਵਾਈਆਂ ਦੋਨੇ ਬਸ਼ੇ। ਇੱਕ ਸੂਦਾ ਚੌਂਕ ਤੋਂ ਆਉਂਦੀ ਹੈ ਲਾਈਟ, ਕਿੰਨਾ ਆਪਣਾ ਇੱਕ ਆਉਂਦੀ ਹੈ ਸ਼ੀਤਲਾ ਮੰਦਰ ਤੋਂ, ਇੱਕ ਕਿਲ੍ਹੇ ਮੁਹੱਲੇ ਤੋਂ, ਭੈਰੋ ਬਾਜ਼ਾਰ ਤੋਂ, ਦੋਨੇ ਲਾਈਟਾਂ ਬੰਦ ਕਰਾਈਆਂ। ਇੱਥੇ ਜ਼ਿਆਦਾ ਬਹੁਤ ਜ਼ਿਆਦਾ ਵਿਚਾਰਿਆਂ ਦਾ ਨੁਕਸਾਨ ਹੋਇਆ ਵਾ, ਪਰ ਮੈਂ ਬਹੁਤ ਅੱਛਾ ਸਮਝਦਾ ਜਿਹੜਾ ਫਾਇਰ ਬ੍ਰਿਗੇਡ ਵਾਲੇ ਜਿੰਨੀ ਜਲਦੀ ਆਏ ਆ, ਅਤੇ ਮੈਨੂੰ ਉਮੀਦ ਵੀ ਨਹੀਂ ਸੀ ਕਿ ਇੰਨੀ ਜਲਦੀ ਆ ਕੇ ਕੰਮ ਤੇਜ਼ੀ 'ਚ ਕਰ ਲੈਣਗੇ, ਪਰ ਕੋਸ਼ਿਸ਼ ਉਹਨਾਂ ਨੇ ਪੂਰੀ ਕੀਤੀ ਹੈ। ਪਰ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ, ਕਪਲ ਐਮਬਰਾਇਡਰੀ ਵਾਲਿਆਂ ਦਾ। ਪਬਲਿਕ ਨੇ ਕਿਹਾ ਕਿ ਬਿਜਲੀ ਵਾਲੇ ਟਾਈਮ 'ਤੇ ਬਿਜਲੀ ਨਹੀਂ ਬੰਦ ਕੀਤੀ, ਉਹਦਾ ਕੀ ਕਾਰਨ ਸੀ ਪਤਾ ਲੱਗਿਆ? ਬਿਜਲੀ ਵਾਲੇ ਆ ਗਏ ਸੀਗੇ, ਪਰ ਬਿਜਲੀ ਵਾਲੇ ਥੋੜ੍ਹੀ ਲੇਟ ਪਹੁੰਚੇ ਆ, ਉਹਨਾਂ 'ਚ ਉਹਦੇ ਨਾਲੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਵਾਲੇ ਆ ਗਏ ਸੀਗੇ, ਅਤੇ ਉਹਨਾਂ ਨੇ ਪਹਿਲਾਂ ਆਪਣਾ ਸੀਤਲਾ ਮੰਦਰ ਦੀ ਲਾਈਟ ਬੰਦ ਕਰਤੀ ਸੀ, ਇਹ ਕਿਲ੍ਹਾ ਮੰਦਰ ਤੋਂ ਵੀ ਲਾਈਟ ਆਉਂਦੀ ਆ, ਉਹ ਨਹੀਂ ਬੰਦ ਕੀਤੀ ਜਾ ਸਕੀ ਉਹਨਾਂ ਤੋਂ। ਦੁਕਾਨਾਂ ਨਹੀਂ ਖੁੱਲੀਆਂ ਸੀ, ਜੇਕਰ ਦੁਕਾਨਾਂ ਖੁੱਲੀਆਂ ਹੁੰਦੀਆਂ ਤੇ ਫਾਇਰ ਬ੍ਰਿਗੇਡ ਪਹੁੰਚਣ ਦਾ ਕੋਈ ਰਸਤਾ ਹੀ ਨਹੀਂ ਸੀ। ਕਬਜ਼ੇ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੀਦਾ? ਦੁਕਾਨਦਾਰਾਂ ਨੂੰ ਇਹ ਕਹੂੰਗਾ ਕਿ ਦੇਖੋ ਅੱਜ ਉਹਦਾ ਨੁਕਸਾਨ ਹੋਇਆ ਵਾ, ਕੱਲ੍ਹ ਕਿਸੇ ਦਾ ਵੀ ਹੋ ਸਕਦਾ ਵਾ, ਅਤੇ ਫਾਇਰ ਬ੍ਰਿਗੇਡ ਪਹੁੰਚ ਨਹੀਂ ਸਕਦੀ। ਇਸ ਕਰਕੇ ਜਿਹੜੇ ਜਿਹੜੇ ਇਹਨਾਂ ਨੇ ਕਬਜ਼ੇ ਰਖਾਏ ਆ, ਆਪਣੀਆਂ ਦੁਕਾਨਾਂ ਮੋਹਰੇ 2-2 ਫੁੱਟ ਅਤੇ 3 ਫੁੱਟ ਦੇ ਥੜੇ ਵਧਾਏ ਦੇ ਆ, ਉੱਤੋਂ ਅੱਗੇ ਉਹਨਾਂ ਨੇ ਟੇਬਲਾਂ ਲਾਈਆਂ ਹੋਈਆਂ। ਮੈਂ ਇਹਨਾਂ ਨੂੰ ਚਾਹੂੰਗਾ ਕਿ ਆਪਣੇ ਉਹਨਾਂ ਦੁਕਾਨ ਦੇ ਮੋਹਰੇ ਥੜੇ ਜਿੰਨੇ ਵੀ ਅੱਗੇ ਬੰਦ ਕੀਤੇ ਜਾਣ, ਕਬਜ਼ੇ ਨਾ ਕਰਨ, ਕਿਉਂਕਿ ਕਿਸੇ ਦਾ ਵੀ ਕੱਲ੍ਹ ਨੁਕਸਾਨ ਹੋ ਸਕਦਾ, ਜਾਨੀ ਮਾਲੀ ਨੁਕਸਾਨ ਹੋ ਸਕਦਾ। ਇਹ ਪ੍ਰਭੂ ਮੋਹਰੇ ਪ੍ਰਾਰਥਨਾ ਕਰੋ ਕਿਸੇ ਦਾ ਨੁਕਸਾਨ ਨਾ ਹੋਵੇ। ਜਿਹੜੀ ਕਿ ਅੱਗ ਲੱਗੀ ਕਿੱਥੇ ਲੱਗੀ ਹੈ ਅਤੇ ਕੀ ਮਾਮਲਾ ਹੈ? ਸਰ ਮਿੱਠਾ ਬਾਜ਼ਾਰ ਦੇ ਵਿੱਚ ਅੱਗ ਲੱਗੀ ਹੈ, ਕਢਾਈ ਵਾਲੀ ਦੁਕਾਨ ਸੀ, ਬੱਸੀ ਨਾਂ ਸੀ ਮੁੰਡੇ ਦਾ, ਅਤੇ 10 ਵਜੇ ਅੱਗ ਲੱਗੀ ਹੈ। ਫੌਰੀ ਤੌਰ 'ਤੇ ਉਸ ਵੇਲੇ ਅਸੀਂ ਗੱਡੀਆਂ ਭੇਜ ਦਿੱਤੀਆਂ, ਅੱਗ ਬਿਲਕੁਲ ਕੰਟਰੋਲ ਹੈ, ਲਾਗਲੀਆਂ ਦੁਕਾਨਾਂ ਵੀ ਨਾਲ ਦੀਆਂ ਲੱਗਦੀਆਂ ਦੁਕਾਨਾਂ ਵੀ ਸਾਰੀਆਂ ਬਚਾਲੀਆਂ ਹੋਈਆਂ, ਅਤੇ ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਗੱਲ। ਅਤੇ ਕਿੰਨੀਆਂ ਗੱਡੀਆਂ ਲੱਗੀਆਂ ਜੀ ਆਪਣੀ ਅੱਗ ਦੀਆਂ? ਗੱਡੀਆਂ ਲੱਗੀਆਂ 4 5 ਗੱਡੀਆਂ। ਕੋਈ ਦਿੱਕਤ ਆਈ ਹੈ ਜਿੱਥੇ ਪਹੁੰਚਣ ਵਾਸਤੇ? ਇੱਥੋਂ ਤੱਕ ਪਹੁੰਚਣ ਵਾਸਤੇ ਉੱਪਰ ਬਿਜਲੀ ਦੀਆਂ ਤਾਰਾਂ ਸੀ, ਲੋਕਾਂ ਨੇ ਗਲੀਆਂ ਸੜਕ ਦੇ ਵਿਚਕਾਰ ਮੋਟਰਸਾਈਕਲ ਵਗੈਰਾ ਟ੍ਰੈਫਿਕ ਦਾ ਬਹੁਤ ਪ੍ਰੋਬਲਮ ਆਈ ਹੈ, ਇੱਕ ਛੱਜੇ ਵਗੈਰਾ ਲੋਕਾਂ ਨੇ ਵਧਾ ਬੜੇ ਬਣਾਏ ਦੇ ਆ, ਉਹਦੀ ਬੜੀ ਪ੍ਰੋਬਲਮ ਆਈ ਹੈ, ਗੱਡੀ ਸਾਡੀ ਇੱਥੋਂ ਤੱਕ ਪਹੁੰਚ ਨਹੀਂ ਸਕੀ, ਅਤੇ ਮੇਨ ਤਾਂ ਗੱਡੀਆਂ ਆਪਾਂ ਲਾਈਆਂ। ਨਹੀਂ ਜਿਹੜੀ ਕਹਿੰਦੇ ਦੂਜੀ ਗੱਡੀ ਲੇਟ ਆਈ, ਉਹਦਾ ਕਾਰਨ ਕੀ ਹੈ? ਗੱਡੀ ਲੇਟ ਹੋਈ, ਤਾਰਾਂ 'ਚ ਫਸ ਗਈ ਗੱਡੀ ਮਿੱਠੇ ਬਾਜ਼ਾਰ 'ਚ। ਮਿੱਠੇ ਬਾਜ਼ਾਰ ਦੇ ਵਿੱਚ ਤਾਰਾਂ। ਹੁਣ ਆਪਣੇ ਤੁਸੀਂ ਕੀ ਕਹਿਣਾ ਚਾਹੋਗੇ ਆਲਾ ਅਫਸਰਾਂ ਨੂੰ, ਆਪਣੇ ਨੂੰ ਕੀ ਕਹਿਣਾ ਚਾਹੋਗੇ? ਕਹਿਣਾ ਚਾਹੁੰਦਾ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।